ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਇਸ ਵਕਤ ਗੱਲ ਕਰਦੇ ਹਾਂ ਵੱਡੀ ਅਪਡੇਟ, ਤੁਹਾਡੇ ਤੋਂ ਜਿੰਨਾ ਜ਼ੋਰ ਲੱਗਦਾ ਹੈ ਲਗਾ ਕੇ ਦੇਖ ਸਕਦੇ ਹੋ, ਤੁਸੀਂ ਮੇਰਾ ਕੱਖ ਵੀ ਨਹੀਂ ਵਿਗਾੜ ਸਕਦੇ। ਇਹ ਕਹਿਣਾ ਹੈ ਅੰਮ੍ਰਿਤਪਾਲ ਸਿੰਘ ਦੇ ਇੱਕ ਫੈਨ ਦਾ, ਜਿਸਨੇ ਵਿਰੋਧੀਆਂ ਨੂੰ ਤਰੇਲੀਆਂ ਲਿਆ ਦਿੱਤੀਆਂ ਨੇ। ਜੀ ਹਾਂ, ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਹੋਈ ਵਿਸ਼ੇਸ਼ ਪੰਥਕ ਇਕੱਤਰਤਾ ਦੇ ਵਿੱਚ ਕੁਝ ਲੋਕ ਦੂਰ ਦੁਰਾਡਿਆਂ ਤੋਂ ਸ਼ਾਮਲ ਹੋਏ, ਹਾਲਾਂਕਿ ਲੋਕਾਂ ਨੇ ਵੱਡਾ ਰਿਕਾਰਡ ਤੋੜ ਇਕੱਠ ਕੀਤਾ ਹੈ। ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਹਾਜ਼ਰੀ ਭਰੀ। ਵਿਸ਼ੇਸ਼ ਪੰਥਕ ਇਕੱਤਰਤਾ ਦੇ ਵਿੱਚ ਲੋਕਾਂ ਨੇ ਜਿੱਥੇ ਪੰਥਕ ਬੁਲਾਰਿਆਂ ਤੋਂ ਜਿਹੜੀਆਂ ਨੇ ਗੱਲਾਂ ਬਾਤਾਂ ਸੁਣੀਆਂ ਅਤੇ ਆਪਣੇ ਨਿੱਜੀ ਵਿਚਾਰ ਵੀ ਜਿਹੜੇ ਨੇ ਉਹਨਾਂ ਨੇ ਪੇਸ਼ ਕੀਤੇ ਨੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਨੂੰ ਰੋਕਣ ਲਈ ਦਿਨ ਰਾਤ ਪਹਿਰੇ ਦੀ ਲੋੜ ਹੈ। ਜਸਟਿਸ ਰਣਜੀਤ ਸਿੰਘ ਵਰਗਿਆਂ ਨੇ ਆਪਣੀਆਂ ਰਿਪੋਰਟਾਂ ਤੱਕ ਜਿਹੜੀਆਂ ਨੇ ਪੇਸ਼ ਕਰ ਦਿੱਤੀਆਂ ਨੇ। ਪਹਿਲਾਂ ਤੁਹਾਨੂੰ ਦੱਸਾਂਗੇ ਰੱਖੜ ਪੁੰਨਿਆਂ ਦੇ ਉਸ ਵਿਸ਼ੇਸ਼ ਇਕੱਠ ਦੇ ਵਿੱਚ ਕੀ ਅਸਲ 'ਚ ਅਹਿਮ ਮੁੱਦੇ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਰੱਖੜ ਪੁੰਨਿਆਂ ਜੋੜ ਮੇਲੇ ਦੌਰਾਨ ਹੋਈ ਦੋ ਰੋਜ਼ਾ ਮੀਰੀ ਪੀਰੀ ਕਾਨਫਰੰਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ 24 ਘੰਟੇ ਚੌਕਸੀ ਤੇ ਪਹਿਰਾ ਲਾਗੂ ਕਰਨ ਲਈ ਧੜੇਬੰਦੀ ਮੁਕਤ ਪੰਚਾਇਤਾਂ ਦੀ ਲੋੜ ਬਾਰੇ ਅਤੇ ਨਿਸ਼ਾਨ ਸਾਹਿਬ ਦੇ ਰੰਗਾਂ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਵਿਚਾਰ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ, ਡਾਕਟਰ ਮਨਜੀਤ ਸਿੰਘ ਰੰਧਾਵਾ ਅਤੇ ਗੁਰੂ ਕਾ ਬਾਗਕਾਰ ਸੇਵਾ ਸੰਪਰਦਾ ਦੇ ਮੁਖੀ ਬਾਬਾ ਸਰਦਾਰਾ ਸਿੰਘ ਨੇ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਸਿੱਖ ਕਾਨਫਰੰਸ ਨੇ ਫੈਸਲਾ ਕੀਤਾ ਹੈ ਕਿ ਕੇਸਰੀ ਜਾਂ ਪਸੰਤੀ ਦੋਵੇਂ ਸੁਨਹਿਰੀ ਖੱਟੇ ਰੰਗ ਦੇ ਦੋ ਭਾਸ਼ਾਈ ਨਾਮ ਹਨ ਜੋ ਕ੍ਰਮਵਾਰ ਡੂੰਘੇ ਸੰਤਰੀ ਅਤੇ ਸਰੋਂ ਫੁੱਲੇ ਰੰਗਾਂ ਨਾਲ ਬਿਨਾਂ ਵਜ੍ਹਾ ਉਲਝਾ ਲਏ ਗਏ ਹਨ। ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਦੇ ਮੁਖੀ ਪਦਮ ਸ਼੍ਰੀ ਡਾਕਟਰ ਇੰਦਰਜੀਤ ਕੌਰ, ਪੰਜਾਬੀ ਫਿਲਮਾਂ ਦੀ ਮਾਂ ਵਰਗੀ ਸ਼ਖਸੀਅਤ ਪਦਮ ਸ਼੍ਰੀ ਨਿਰਮਲ ਰਿਸ਼ੀ, ਪਦਮ ਸ਼੍ਰੀ ਕੀਰਤ ਚੱਕਰ ਸਰਦਾਰ ਸਵਰਨ ਸਿੰਘ ਬੋਪਾ ਰਾਏ, IAS ਨੇ ਪਹਿਲਾਂ ਔਰਤਾਂ ਅਤੇ ਨੌਜਵਾਨਾਂ ਨੂੰ ਸਰਬ ਸਾਂਝੀਆਂ ਪੰਚਾਇਤਾਂ ਬਣਾਉਣ ਲਈ ਅਗਵਾਈ ਕਰਨ ਦੀ ਅਪੀਲ ਕੀਤੀ। ਸਿਆਸੀ ਤੌਰ 'ਤੇ ਵੰਡੀਆਂ ਪੰਚਾਇਤਾਂ ਨੂੰ ਨਕਾਰਨ ਲਈ ਪ੍ਰੇਰਿਆ ਹੈ, ਜਿਨ੍ਹਾਂ ਨੇ ਪਿੰਡਾਂ ਦੀ ਸਮੂਹਕ ਸ਼ਕਤੀ ਨੂੰ ਅਪਾਹਜ਼ ਕਰ ਦਿੱਤਾ। ਇਹ ਗੱਲ ਜਿਹੜੀ ਹੈ ਬਿਲਕੁਲ ਸਾਫ਼ ਤੌਰ 'ਤੇ ਕਹੀ ਗਈ ਹੈ। ਉੱਧਰ ਦੂਜੇ ਪਾਸੇ ਜਿਸ ਤਰ੍ਹਾਂ ਵੀਡੀਓ ਜਿਹੜੀਆਂ ਨੇ ਸਾਹਮਣੇ ਆਈਆਂ ਨੇ, ਹਾਲਾਂਕਿ ਲਗਾਤਾਰ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਜਿੱਥੇ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ, ਪੰਥਕ ਕਾਨਫਰੰਸ ਦੇ ਵਿੱਚ ਸੰਸਦ ਮੈਂਬਰ ਦਾ ਸੰਦੇਸ਼ ਵੀ ਗੂੰਜਿਆ ਹੈ। ਉੱਥੇ ਹੀ ਜਿਹੜੇ ਅੰਮ੍ਰਿਤਪਾਲ ਸਿੰਘ ਦੇ ਫੈਨ ਸਨ ਉਹਨਾਂ ਨੇ ਵਿਰੋਧੀਆਂ ਨੂੰ ਜਿਹੜੀ ਹੈ ਸਾਫ਼ ਤੌਰ 'ਤੇ ਚੈਲੰਜ ਕੀਤਾ ਹੈ, ਵਿਰੋਧੀਆਂ ਦੀ ਨੀਂਦ ਉਡਾ ਦਿੱਤੀ ਹੈ, ਵਿਰੋਧੀਆਂ ਨੂੰ ਸਾਫ਼ ਤੌਰ 'ਤੇ ਕਿਹਾ ਕਿ ਤੁਸੀਂ ਮੇਰਾ ਕੁਝ ਵੀ ਨਹੀਂ ਕਰ ਸਕਦੇ ਹੋ। ਹਾਲਾਂਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਵਿਸ਼ੇਸ਼ ਪੰਥਕ ਕਾਨਫਰੰਸ ਹੋਈ, ਉਸ ਦੇ ਵਿੱਚ ਬੈਡ ਕਮੈਂਟ ਕਰਨ ਵਾਲਿਆਂ ਦੀ ਕਲਾਸ ਲਗਾ ਦਿੱਤੀ। ਇੱਕ ਫੈਨ ਨੇ ਹਾਲਾਂਕਿ ਕਿਹਾ ਕਿ ਕੁਝ ਲੋਕਾਂ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਹੋਏ ਉਸ ਪੰਥਕ ਇਕੱਠ ਨੂੰ ਪ੍ਰਵਾਨ ਨਹੀਂ ਕੀਤਾ ਹੈ। ਉਹਨਾਂ ਲੋਕਾਂ ਨੇ ਮੈਨੂੰ ਵੀ ਬੈਡ ਕਮੈਂਟ ਕੀਤੇ, ਹਾਲਾਂਕਿ ਜੋ ਤੁਸੀਂ ਜੋ ਕਰਨਾ ਕਰ ਸਕਦੇ ਹੋ, ਮੇਰਾ ਤਾਂਗਾ ਸੜਕ ਤੋਂ ਥੱਲੇ ਤੁਸੀਂ ਨਹੀਂ ਲਾ ਸਕਦੇ ਹੋ, ਮੈਂ ਆਪਣੀ ਮਰਜ਼ੀ ਦਾ ਮਾਲਕ ਹਾਂ, ਜੋ ਮਰਜ਼ੀ ਕਰ ਸਕਦਾ ਹਾਂ, ਤੁਸੀਂ ਬੈਡ ਕਮੈਂਟ ਕਰਨ ਦਾ ਕੀ ਠੇਕਾ ਲਿਆ ਹੋਇਆ ਹੈ। ਹਾਲਾਂਕਿ ਅੰਮ੍ਰਿਤਪਾਲ ਸਿੰਘ ਦੇ ਫੈਨ ਨੇ ਸ਼ਰੇਆਮ ਜੇ ਗੱਲ ਕਰੀਏ ਤਾਂ ਉਹਨਾਂ ਲੋਕਾਂ ਦੀ ਕਲਾਸ ਲਗਾ ਦਿੱਤੀ ਜਿਹੜੇ ਲੋਕਾਂ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਹੋਏ ਵਿਸ਼ੇਸ਼ ਪੰਥ ਦੇ ਇਕੱਠ ਨੂੰ ਪ੍ਰਵਾਨ ਨਹੀਂ ਕੀਤਾ। ਹਾਲਾਂਕਿ ਉਹਨਾਂ ਲੋਕਾਂ ਦੀ ਜਿਹੜੀ ਹੈ ਚੰਗੀ ਤਰ੍ਹਾਂ ਉਹਨਾਂ ਨੇ
ਕਲਾਸ ਲਗਾਈ ਹੈ। ਉੱਧਰ ਦੂਜੇ ਪਾਸੇ ਗੱਲ ਕਰਾਂਗੇ ਹੋਰਨਾਂ ਖਾਸ ਖਬਰਾਂ ਦੀ, ਇੱਕ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ। ਖਾਸ ਖਬਰ ਇਸ ਵਕਤ ਸਾਹਮਣੇ ਆ ਰਹੀ ਹੈ, ਰਾਜਸਥਾਨ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਬੁੱਧਵਾਰ ਦੁਪਹਿਰ ਨੂੰ ਰਾਜ ਸਭਾ ਉਪ ਚੋਣ ਲਈ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਉਪ ਮੁੱਖ ਮੰਤਰੀ ਦੀਆਂ ਕੁਆਰੀ ਮੰਤਰੀ ਦੀ ਕੁਆਰੀ ਉਪ ਮੁੱਖ ਮੰਤਰੀ ਪ੍ਰੇਮ ਚੰਦ ਵੈਰਬਾ ਸਮੇਤ 40 ਵਿਧਾਇਕਾਂ ਨੂੰ ਪ੍ਰਸਤਾਵ ਵਾਕ ਅਤੇ ਸਮਰਥਕ ਬਣਾਇਆ ਗਿਆ ਹੈ। ਉਹਨਾਂ ਵਿੱਚ ਕੁਝ ਆਜ਼ਾਦ ਵਿਧਾਇਕ ਵੀ ਜਿਹੜੇ ਨੇ ਉਹ ਸ਼ਾਮਲ ਨੇ। ਨਾਮਜ਼ਦਗੀ ਤੋਂ ਠੀਕ ਪਹਿਲਾਂ ਜੈਪੁਰ ਦੇ ਵਿੱਚ ਰਾਜਸਥਾਨ ਭਾਜਪਾ ਦੀ ਇੱਕ ਵੱਡੀ ਮੀਟਿੰਗ ਹੋਈ, ਜਿਸ ਦੇ ਵਿੱਚ ਮੁੱਖ ਮੰਤਰੀ ਭਜਨ ਲਾਲ ਸ਼ਰਮਾ, ਦੋਵੇਂ ਉਪ ਮੁੱਖ ਮੰਤਰੀ ਪ੍ਰੇਮ ਚੰਦ ਵੈਰਵਾ ਅਤੇ ਦੀਆਂ ਕੁਮਾਰੀ, ਸਰਕਾਰ ਦੇ ਸਾਰੇ ਮੰਤਰੀਆਂ ਅਤੇ ਭਾਜਪਾ ਵਿਧਾਇਕਾਂ ਨੇ ਜਿਹੜੀ ਹੈ ਮੁਲਾਕਾਤ ਕੀਤੀ ਹੈ। ਹਾਲਾਂਕਿ ਰਵਨੀਤ ਬਿੱਟੂ ਦੇ ਨਾਲ ਮੁਲਾਕਾਤ ਕੀਤੀ, ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਨਾਮਜ਼ਦਗੀ ਜਿਹੜੀ ਹੈ ਦਾਖਲ ਕੀਤੀ ਗਈ ਹੈ ਰਾਜ ਸਭਾ ਦੇ ਲਈ। ਹੁਣ ਭਾਜਪਾ ਜਿਹੜੀ ਹੈ ਉਹ ਰਾਜਸਥਾਨ ਦੀ ਸੀਟ ਤੋਂ ਰਵਨੀਤ ਬਿੱਟੂ 'ਤੇ ਦਾਅ ਖੇਲ ਚੁੱਕੀ ਹੈ। ਹਾਲਾਂਕਿ ਉਹਨਾਂ ਨੇ ਭਾਜਪਾ ਦੇ ਰਾਜ ਸਭਾ ਮੈਂਬਰ ਜਿਹੜਾ ਨਿਯੁਕਤ ਕਰ ਦਿੱਤਾ ਹੈ ਰਵਨੀਤ ਬਿੱਟੂ ਨੂੰ ਰਾਜਸਥਾਨ ਦੀ ਸੀਟ ਤੋਂ। ਇਸ ਦਾ ਮਤਲਬ ਕਿ ਹੁਣ ਸ਼ਾਇਦ ਕੁਛ ਵੱਡਾ ਧਮਾਕਾ ਜਿਹੜਾ ਹੋਣ ਜਾ ਰਿਹਾ ਹੈ। ਇਸ ਦੇ ਬਾਰੇ ਬਿਲਕੁਲ ਲਗਾਤਾਰ ਚਰਚਾਵਾਂ ਜਿਹੜੀਆਂ ਨੇ ਛਿੜੀਆਂ ਹੋਈਆਂ ਨੇ। ਉੱਧਰ ਦੂਜੇ ਪਾਸੇ ਇੱਕ ਹੋਰ ਵੱਡੀ ਅਪਡੇਟ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ। ਖਾਸ ਖਬਰ ਜਿਹੜੀ ਹੈ ਸਾਹਮਣੇ ਆਈ ਹੈ, ਜਿੱਥੇ ਕਿ ਕੁਝ ਵੱਡੀਆਂ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ, ਜਿੱਥੇ ਕਿ ਫਾਰਮਾ ਕੰਪਨੀ ਦੇ ਰਿਐਕਟਰ ਦੇ ਵਿੱਚ ਧਮਾਕਾ ਹੋਇਆ ਹੈ। ਹੁਣ ਤੱਕ 4 ਲਾਸ਼ਾਂ ਬਰਾਮਦ ਹੋਈਆਂ ਨੇ, 15 ਦੇ ਕਰੀਬ ਲੋਕ ਜਿਹੜੇ ਨੇ ਜ਼ਖਮੀ ਹੋ ਗਏ ਨੇ। ਆਂਧਰਾ ਪ੍ਰਦੇਸ਼ ਦਾ ਜਿਹੜਾ ਮਾਮਲਾ ਹੈ, ਜਿੱਥੇ ਕਿ ਅਚਥਾਪੁਰਮ ਸਪੈਸ਼ਲ ਇਨ ਜਿੱਥੇ ਕਿ ਇਕਨੋਮਿਕ ਜ਼ੋਨ CZZ ਦੇ ਵਿੱਚ ਬੁੱਧਵਾਰ ਨੂੰ ਇੱਕ ਫਾਰਮੇਸਟੀਕਲ ਕੰਪਨੀ ਅਸਿਸਟੈਂਟੀਆ ਦੇ ਵਿੱਚ ਜ਼ਬਰਦਸਤ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ਦੇ ਵਿੱਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 20 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਨੇ। ਇਹ ਘਟਨਾ ਦੁਪਹਿਰ ਦੇ ਖਾਣੇ ਦੇ ਸਮੇਂ ਵਾਪਰੀ, ਜਿਸ ਨਾਲ ਕਈ ਕਰਮਚਾਰੀ ਹੈਰਾਨ ਰਹਿ ਗਏ ਨੇ। ਦੱਸ ਦਈਏ ਕਿ ਇਹ ਘਟਨਾ ਸਥਾਨ ਤੋਂ ਲਈਆਂ ਗਈਆਂ ਤਸਵੀਰਾਂ ਦੇ ਵਿੱਚ ਇੱਕ ਐਂਬੂਲੈਂਸ ਨੂੰ ਕੰਪਨੀ ਦੇ ਅਹਾਤੇ ਵੱਲ ਜਾਂਦੇ ਹੋਏ ਦਿਖਾਇਆ ਗਿਆ ਹੈ। ਘਟਨਾ ਸਥਾਨ ਦੇ ਆਲੇ ਦੁਆਲੇ ਧੂੰਏ ਦਾ ਗੁਬਾਰ ਬਣ ਗਿਆ ਹੈ, ਜਿਸ ਦੌਰਾਨ ਲੋਕਾਂ ਨੇ ਆਪਣੇ ਨੱਕ ਢੱਕਣੇ ਸ਼ੁਰੂ ਕਰ ਦਿੱਤੇ। ਘਟਨਾ ਸਥਾਨ 'ਤੇ ਮੌਜੂਦ ਜਿੱਥੇ ਕਿ ਅਨਾਕਾਪੱਲੇ ਦੀ ਪੁਲਿਸ ਸੁਪਰਡੈਂਟ ਦੀਪਿਕਾ ਪਾਟਲ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਇਮਾਰਤ ਦੇ ਵਿੱਚ ਅਜੇ ਵੀ ਧੂੰਆਂ ਅਤੇ ਅੱਗ ਦੀਆਂ ਲਪਟਾਂ ਨੇ, ਇਸ ਲਈ ਬਚਾਅ ਕਾਰਜ ਜਿਹੜੇ ਨੇ ਕੀਤੇ ਜਾ ਰਹੇ ਨੇ। ਉਹਨਾਂ ਲੋਕਾਂ ਨੂੰ ਬਚਾਉਣ ਲਈ ਜਿਹੜੇ ਕਾਰਜ ਨੇ ਉਹ ਹਾਲੇ ਤੱਕ ਜਾਰੀ ਨੇ। ਉੱਧਰ ਦੂਜੇ ਪਾਸੇ ਇੱਕ ਵੱਡੀ ਅਪਡੇਟ, ਜਿੱਥੇ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਨੂੰ ਦੇਰੀ ਨਾਲ ਦਿੱਤੇ ਮੁਆਵਜ਼ੇ ਤੇ ਵਿਆਜ ਦੇਣ ਦਾ ਹੁਕਮ ਵੀ ਜਾਰੀ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਹ ਭੁਗਤਾਨ 6 ਹਫ਼ਤਿਆਂ ਦੇ ਅੰਦਰ ਕਰਨ ਦੇ ਨਿਰਦੇਸ਼ ਦਿੱਤੇ ਨੇ। ਅਦਾਲਤ ਨੇ ਕਿਹਾ ਹੈ ਕਿ ਅਪੀਲ ਕਰਤਾ ਅਤੇ ਉਸਦੇ ਪਰਿਵਾਰ ਨੂੰ ਪਹਿਲਾਂ ਦੰਗਾਕਾਰੀਆਂ ਦੇ ਹੱਥੋਂ ਅਤੇ ਫਿਰ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਦੁੱਖ ਝੱਲਣਾ ਪਿਆ ਹੈ। ਐਕਟਿੰਗ ਜਿੱਥੇ ਕਿ ਚੀਫ ਜਸਟਿਸ ਮਨਮੋਹਨ ਦੀ ਅਗਵਾਈ ਵਾਲੇ ਬੈਂਚ ਨੇ ਜੱਜ ਦੇ ਹੁਕਮਾਂ ਦੇ ਖਿਲਾਫ਼ ਪੀੜਤ ਦੀ ਅਪੀਲ 'ਤੇ ਸੁਣਵਾਈ ਕਰਦੇ ਹੋਏ ਕੇਂਦਰ ਸਰਕਾਰ 'ਤੇ 25,000 ਰੁਪਏ ਦਾ ਖਰਚਾ ਵੀ ਲਗਾਇਆ, ਜੋ ਆਪਾਂ ਸਾਫ਼ ਤੌਰ 'ਤੇ ਵੇਖ ਸਕਦੇ ਹਾਂ। 1984 ਦੇ ਵਿੱਚ ਸਿੱਖ ਪੀੜਤ ਜਿਹੜੇ ਕੁਝ ਪਰਿਵਾਰ ਨੇ ਉਹਨਾਂ
ਪਰਿਵਾਰਾਂ ਨੂੰ, ਹਾਲਾਂਕਿ ਇਨਸਾਫ ਤਾਂ ਸ਼ਾਇਦ ਨਹੀਂ ਮਿਲਿਆ, ਪਰ ਉਹਨਾਂ ਨੂੰ ਥੋੜ੍ਹਾ ਬਹੁਤ ਮੁਆਵਜ਼ਾ ਜਿਹੜਾ ਹੈ ਜ਼ਰੂਰ ਮਿਲਿਆ। ਕੇਂਦਰ ਸਰਕਾਰ ਜਿਹੜੀ ਹੈ ਉਹਨਾਂ ਨੂੰ ਮੁਆਵਜ਼ਾ ਦੇ ਰਹੀ ਹੈ, ਹਾਈ ਕੋਰਟ ਦੇ ਸਖ਼ਤ ਹੁਕਮਾਂ ਤੋਂ ਬਾਅਦ ਉਹਨਾਂ ਲੋਕਾਂ ਨੂੰ ਮੁਆਵਜ਼ਾ ਮਿਲਿਆ। ਪਰ ਜੇ ਗੱਲ ਕਰੀਏ ਪਰ ਮੁਆਵਜ਼ੇ ਦੇ ਨਾਲ ਉਹਨਾਂ ਲੋਕਾਂ ਲਈ ਤਕਲੀਫ਼ ਸ਼ਾਇਦ ਘੱਟ ਨਹੀਂ ਹੋ ਸਕਦੀ ਹੈ, ਪਰ ਜੋ ਹੋਇਆ ਉਹ ਬਹੁਤ ਮਾੜਾ ਹੋਇਆ, ਸਾਫ਼ ਤੌਰ 'ਤੇ ਆਪਾਂ ਵੇਖ ਸਕਦੇ ਹਾਂ। ਲਗਾਤਾਰ ਜੇ ਗੱਲ ਕਰੀਏ ਤਾਂ 1984 ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਬਹੁਤ ਸਾਰੇ ਸਵਾਲ ਜਿਹੜੇ ਨੇ ਅੱਜ ਵੀ ਉਤਪੰਨ ਹੋ ਜਾਂਦੇ ਨੇ। ਸੋ ਮਿਲਦੇ ਹਾਂ ਜੀ ਨਵੀਂ ਅਪਡੇਟ ਦੇ ਨਾਲ, ਤਦ ਤੱਕ ਲਈ ਧੰਨਵਾਦ।